ਵਿੱਚ ਹੁਣ ਤੱਕ ਕੋਈ ਵੀ ਕੋਰੋਨਾ ਵਾਇਰਸ ਦਾ ਕੇਸ ਨਹੀਂ ਹੋਇਆ ਤੇ ਗੁਰਦਾਸਪੁਰ ਐਡਮਿਨਿਸਟ੍ਰੇਸ਼ਨ ਇਸ ਲਈ ਪੂਰਾ ਅਲਰਟ ਹੈ ਤੇ ਪਬਲਿਕ ਨੂੰ ਅਪੀਲ ਕਰਦਾ ਹੈ ਕਿ ਆਪਣੇ ਚ ਵਾਇਰਸ ਨਾ ਫੈਲੇ ਤਾਂ ਅੱਜ ਹੀ ਅਸੀਂ ਸ਼ਾਮ ਨੂੰ 6 ਵਜੇ ਤੋਂ ਬਾਅਦ ਜਿਹੜੀ ਸਾਰੀ ਗੈਰ ਜ਼ਰੂਰੀ ਦੁਕਾਨਾਂ ਨੇ ਉਹ ਬੰਦ ਕਰਨ ਦਾ ਫੈਸਲਾ ਕੀਤਾ। ਅਸੀਂ ਬਟਾਲਾ ਵਿਖੇ ਮੀਟਿੰਗ ਹੋਈ ਹੈ, ਬਟਾਲਾ 'ਚ ਇਹ ਫੈਸਲਾ ਹੋਇਆ ਕਿ ਮੈਡੀਸਨ ਤੇ ਡਾਕਟਰ ਨੂੰ ਛੱਡ ਕੇ ਅੱਜ ਸ਼ਾਮ ਨੂੰ 6 ਵਜੇ ਤੋਂ ਕਰਫਿਊ, ਜਨਤਾ ਕਰਫਿਊ ਲਾ ਦਿੱਤਾ ਜਾਵੇ। ਇੱਥੇ ਸਾਡੇ ਕੋਲ ਮਿਊਂਸੀਪਲ ਕਮੇਟੀ ਦੇ ਕਾਰਪੋਰੇਸ਼ਨ ਦੇ ਪ੍ਰਧਾਨ, ਟਰੱਸਟ ਦੇ ਪ੍ਰਧਾਨ, ਸਾਡੀ ਟ੍ਰੇਡ ਬਾਡੀ ਦੇ ਪ੍ਰੈਜੀਡੈਂਟ ਸਾਹਿਬਾਨ ਸਾਰੇ ਆਏ ਸੀਗੇ। ਉਹਨਾਂ ਸਾਰਿਆਂ ਨੇ ਵੀ ਅਪੀਲ ਜਾਰੀ ਕੀਤੀ ਹੈ ਤੇ ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਕਿ ਕਿਸੇ ਕਿਸਮ ਦੀ ਕੋਈ ਕਮੀ ਨਹੀਂ, ਜ਼ਿਲ੍ਹਾ ਗੁਰਦਾਸਪੁਰ 'ਚ ਕੋਈ ਬਿਮਾਰੀ ਨਹੀਂ ਫੈਲੀ ਹੈ, 1 ਵਜੇ ਤੱਕ ਕੇਸ ਨਹੀਂ ਹੋਇਆ, ਪਰੰਤੂ ਇਹ ਕੇਸ ਨਾ ਹੋਵੇ ਇਹ ਤੇ ਆਉਣ ਵਾਲੇ 2-3 ਦਿਨ ਦਾ ਸਮਾਂ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ। ਇਸ ਲਈ ਮੇਰੀ ਅਪੀਲ ਹੈ ਕਿ ਆਪਾਂ ਸਾਰੇ ਵਾਲੰਟੀਅਰ ਲਈ ਜਿਹੜਾ ਜਨਤਾ ਕਰਫਿਊ ਪ੍ਰਧਾਨ ਮੰਤਰੀ ਜੀ ਨੇ ਕਿਹਾ ਉਹ ਅਸੀਂ ਅੱਜ ਸ਼ਾਮ ਨੂੰ 6 ਵਜੇ ਲਾਗੂ ਕਰਦੇ।